ਕਪਤਾਨ ਨੂੰ ਕੀ ਕਹਿਣਾ ਚਾਹੁੰਦੇ ਹੋ? ਕਪਤਾਨ ਨੂੰ ਅਸੀਂ ਕਹਿੰਦੇ ਜੀ ਸਾਨੂੰ ਵੀ ਕੋਈ ਆਪਦਾ ਜਿਹੜਾ ਦਮ ਆ ਤੁਸੀਂ ਸਾਨੂੰ ਵੀ ਦੱਸੋ, ਤਿੰਨ ਤਿੰਨ ਬੁੱਢੀਆਂ ਵਾਲਾ ਜਿਹੜਾ ਅਸੀਂ ਵੀ ਕਰ ਲਈਏ ਤੇ ਮਿਹਰਬਾਨੀ ਹੋਊਗੀ ਤੁਹਾਡੀ। ਚੁੱਭਿਆਂ 'ਤੇ ਬੈਠੇ ਚਲੋ, ਜਿਹੜੇ ਘਰੇ ਜਾਵੇ ਬੰਦਾ ਆਪਦੇ ਘਰੇ ਜਾਵੇ, ਇੱਕ ਮੁਰੱਬੇ ਹੋਵੇ ਉਹ ਗੁੜ ਛੁੜ ਬਣਾਵੇ ਸਾਡੇ ਨਾਲ, ਅਤੇ ਇੱਕ ਜਿਹੜੀ ਘਰ ਦੀ ਘਰੇ ਰਹੇ ਅਤੇ ਹੋਰ ਸਾਡੇ ਪੱਲੇ ਤੋਂ ਕੁਛ ਨਹੀਂ ਦਾਬਾ ਜਿੰਨੀ ਤੁਸੀਂ ਮਹਿੰਗਾਈ ਕੀਤੀ ਹੈ। ਨਹੀਂ ਤਾਂ ਐਵੇਂ ਕਹਿੰਦੇ ਬੰਦਾ ਬਦਲ ਜਾਂਦਾ ਵਾ, ਬੰਦਾ ਸ਼ਾਦੀ ਤੋਂ ਪਹਿਲੇ ਵੀ ਸ਼ਾਦੀ ਵਾਸਤੇ ਹੁੰਦਾ ਵਾ, ਸ਼ਾਦੀ ਕਰਾ ਕੇ ਵੀ ਸ਼ਾਦੀ ਵਾਸਤੇ ਹੁੰਦਾ। ਇਹ ਤਾਂ ਨਾ ਬਦਲਿਆ, ਇਹਦੇ ਮੂੰਹ 'ਤੇ ਤਾਂ ਵੱਟ ਨਿਕਲੇ ਸਗੋਂ। ਭਾਈ ਕਿਵੇਂ ਫੀਲ ਕਰ ਰਹੇ ਹੋ? ਬਹੁਤ ਅੱਛਾ ਜੀ। ਇਹ ਕਿਦੋਂ ਕਦੇ ਬੈਠੇ ਹੋ ਇੱਥੇ? ਇਹ ਜੀ ਸਵੇਰੇ ਅਸੀਂ ਆਏ ਹਾਂ 7 ਵਜੇ ਦੇ। 7 ਵਜੇ ਦੇ ਅਤੇ ਕਿੰਨੇ ਵਜੇ ਤੱਕ ਕੰਮ ਕਰਦੇ ਹੋ? 5 ਵਜੇ ਤੱਕ। 5 ਵਜੇ ਤੱਕ ਕਿੰਨੀਆਂ ਪੱਤਾਂ ਨਿਕਲ ਜਾਂਦੀਆਂ? 5 ਪੱਤਾਂ। ਅਤੇ ਕੁਛ ਹਿਸਾਬ ਕਿਤਾਬ ਲੱਗ ਰਿਹਾ, ਕੋਈ ਅੱਛਾ ਮੁਨਾਫਾ ਚੱਲਣ ਡਿਆ? ਲੋਕ ਤਾਂ ਧੜਾ ਧੜ ਮੇਲਾ ਸਿੱਟੀ ਜਾਂਦੇ। ਬੜੀ ਡਿਮਾਂਡ ਜੁੜਦੀ, ਅਸੀਂ ਕਿਹੜਾ 'ਚ ਕੋਈ ਸ਼ਾਇ ਅਸੀਂ ਪਾਉਂਦੇ ਜਿਹਦੇ ਨਾਲ ਕੋਈ 2 ਨੰਬਰ ਹੀ ਕਰੀਏ। ਅੱਛਾ, ਅਤੇ ਸਫੈਦ ਬਣੇਗਾ ਹੁਣ? ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜੀ। ਲੇਕਿਨ ਉਹ ਟਾਟਰੀ ਤੋਂ ਬਗੈਰ? ਮੈਂ ਕਹਿੰਦਾ ਕੋਈ ਸ਼ਾਇ ਨਹੀਂ ਜਨਾਬ, ਆ ਜੁੱਲੀ ਮੁੱਲੀ ਲਾਉਂਦੇ ਹਾਂ, ਆਹ ਤੁਹਾਡੇ ਸਾਹਮਣੇ ਸਾਰਾ ਕੁਛ। ਅੱਛਾ, ਉਹ ਜਿਹੜਾ ਹੈ ਆ ਛੋਟਾ, ਇਹ ਮਹਿਲ ਆ, ਇਹਦੇ ਵਿੱਚ ਵੀ ਰੋਹ ਹੁੰਦੀ ਆ, ਗਰਮ ਹੋ ਜਾਂਦੀ ਆ, ਫਿਰ ਇੱਧਰ ਆ ਜਾਂਦੀ ਆ ਉਹ। ਅੱਛਾ ਅੱਛਾ, ਬਈ ਬਾਲਣ ਦੀ ਬਚਤ ਹੋ ਜਾਂਦੀ ਥੋੜੀ। ਅੱਛਾ ਅੱਛਾ, ਚਲੋ ਸਹੀ ਹੋ ਗਿਆ, ਇਹ ਨਾਲ ਨਾਲ ਗਰਮ ਹੁੰਦੀ ਰਹਿੰਦੀ ਆ। ਅੱਛਾ, ਇਹਨੂੰ ਕੀ ਕਹਿੰਦੇ ਨੇ ਇਹ ਜੇ ਚ ਪਾਈ ਦੀ ਰੋਹ? ਕਿਵੇਂ ਵੀ ਜਵਾਨ, ਗਰਮੀ ਤਾਂ ਨਹੀਂ ਲੱਗਦੀ? ਮੌਸਮ ਸੈੱਟ? ਇਮਰਾਨ ਖਾਨ ਨੇ ਸਾਨੂੰ ਗੰਡਾ ਤੇ ਪਾ ਦਿੱਤਾ, ਇਹਦੀ ਮਿਹਰਬਾਨੀ, ਮੁਨਾਫਾ ਹੀ ਮੁਨਾਫਾ। ਨਹੀਂ ਉਹ ਤਾਂ ਕਹਿੰਦਾ ਵਾ ਵੀ ਜਿਹੜਾ ਨਾ ਤੁਸੀਂ ਕੱਟੇ ਪਾਲੋ, ਮੁਰਗੀਆਂ ਪਾਲੋ, ਤੋ ਮੁਰਗੀਆਂ ਕੀ ਬੇਟੀਆਂ ਫਿਰ ਉਹ ਅੰਡੇ ਦੇਣਗੀ, ਠੀਕ ਹੈ, ਔਰ ਫਿਰ ਜੋ ਹੈ ਮੁਇਸ਼ਤ ਅੱਗੇ ਜਾਏਗੀ। ਕਹਿ ਦਿਓ ਨਾ ਸਾਨੂੰ ਵੀ ਤਿੰਨ ਤਿੰਨ ਬੁੱਢੀਆਂ ਵੀ ਕਰੋ ਜਿਵੇਂ ਇਹਦੀਆਂ ਕੀਤੀਆਂ ਆਪਦੀਆਂ। ਮੇਰੇ ਪਿੰਡ 'ਚ ਆਊਗੀ ਕਿ ਸਾਡੇ ਪਿੰਡ 'ਚ? ਆਪਣੇ ਪਿੰਡ 'ਚ ਇਹ ਜੀ ਆਏਗੀ, ਇਹ ਵੀਡੀਓ ਆਏਗੀ ਜੀ, ਪਿੰਡ 102 ਸਾਡਾ ਪਿੰਡ, ਸੋਹਣਾ ਪਿੰਡ 102 ਤੇ 56 ਨਿਊਜ਼ 'ਚ। ਅੱਛਾ, ਹੁਣ ਤਾਂ ਵਾਕਈ ਬਾਬਾ ਵਾ, ਜਦੋਂ ਜਵਾਨ ਸੀ ਉਦੋਂ ਵੀ ਬਾਬਾ ਹੀ ਸੀਗਾ। ਜੀ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਨਾ ਹੋਈ? ਨਹੀਂ ਨਹੀਂ, ਬਾਬੇ ਬਣਨ ਦੇ ਵਿੱਚ ਨਾਲ ਪ੍ਰੋਬਲਮ ਹੋਣੀ। ਹਾਂ ਇਹ ਤਾਂ ਹੈ ਵੈਸੇ। ਇਹ ਜੀ ਗੁੜ ਬਣਦਾ ਪਿਆ ਖੈਰ ਨਾਲ, ਅਤੇ ਇਹ ਬਣਿਆ ਹੋਇਆ ਵਾ, ਮੇਰੀ ਨਜ਼ਰ ਇੱਥੇ ਆ, ਜੇ ਤਾਂ ਮੇਰੀ ਛਾਂ ਹੈ। ਬਾਈ ਸਾਜਦ ਠੀਕ ਹੋ ਗਿਆ? ਇਹ ਦੋ ਨੇ ਬੱਚੇ। ਹਾਜੀ ਤੇ ਪਿੱਛੇ ਬੈਠਾ ਤੈਨੂੰ, ਤੂੰ ਆਪਦੇ ਤੇ ਹਮੇਸ਼ਾ ਕਰ ਲਿਆ ਯਾਰ। ਇਹ ਜਿਹੜੀ ਨੁੱਕਰ ਆ ਇਹ ਕੀ ਆ? ਆਹ ਜਿਹੜੀ ਨੁੱਕਰ ਮਟੀਰੀਅਲ ਵਾਲੀ ਕੀ? ਮਟੀਰੀਅਲ ਵਾਲੀ ਕੀ ਹੁੰਦੀ ਆ?
ਇਹ ਬਣ ਰਹੀ ਪੇਸੀ। ਹਾਂਜੀ ਮੈਂ ਦੱਸਿਆ ਹੀ ਨਹੀਂ ਕਿਸੇ ਨੂੰ। ਆਸਫ ਅਲ ਮਰੂਫ ਇਹ ਵੀ ਬੜਾ ਮਾਹਿਰ ਆ ਵੀ ਪੇਸੀਆਂ ਬਣਾਉਣ 'ਚ। ਮਾਸ਼ਾਅੱਲਾ ਮੋਟਰਸਾਈਕਲ ਹਾਂਜੀ ਰਾਸ਼ਦ ਵੀ ਯਾਰ ਲਾਈਵ ਨਹੀਂ ਗਿਆ। जी नाजरीन इस वक्त ये जो आपको ये फसलें नजर आ रही हैं इस वक्त यहाँ पे मौजूद हैं, ये वो इलाका है जहाँ से कभी कभी या कभी यहाँ से कई सौ साल पहले जो है जनरल बोक्सी जो है वो यहाँ से गुजरा था। याद रहे कि जनरल बोक्सी जो है ये सिकंदर आजम का नायब था और जब उनका काफिला जो है यहाँ से गुजर रहा था ये फसलें आपको नजर आ रही हैं। ये फसलें उस वक्त भी मौजूद थी, ये जो कमाद की है गन्ने की फसल है ये उस वक्त भी मौजूद थी और उसके बाद ऐसी जो है ना ये फसल जो है वो रुक गई है कि इसकी मैं तफसील आपको मैं बाद में बताऊंगा। तो सिकंदर आजम ने जनरल बोक्सी कहा कि आप लोग यहाँ रुक जाएं और वो खुद मुल्तान की तरफ चला गया और वहाँ मुल्तान पहुँचते ही सिकंदर आजम बीमार हुआ और वहीं पर उसकी मौत वाकई हो गई। जब वापस इतला जो है जनरल बोक्सी तक पहुँची तो जनरल बोक्सी ने मुल्तान जाना मुनासिब न समझा और इस तरह उसने इसी जगह पर डेरे डाल लिए और काफ़ी अरसा तक जनरल बोक्सी और उसके सिपाही इस जगह पर मौजूद रहे। जी ये आपको मैं रास्ता दिखा दूं, ये कैमरामैन जो है दिखा सके तो ये आपको नज़र आ रही है ये सड़क बनी हुई है यहाँ पे। तो यहाँ से वो गाड़ियाँ वो काफिला यहाँ से वो घोड़े वो गुजरते रहे हैं और वो छकड़े होते थे जो घोड़े खींचते थे। और मैं आपको अपने कैमरामैन से कहूँगा कि थोड़ा सा ये पहाड़ी का निशान दिखाएं, ये देख तो भर्ती जो है मट्टी की वो बड़ी ऊपर आ गई है तो ये पहाड़ी का सिर्फ जो है ऊपर वाला हिस्सा दिखाई दे रहा है। तो ये सारा इलाका जो था ये सरसब्दो शादाब इलाका था और यहाँ जनरल बोक्सी ने अपने सिपाहियों के साथ पड़ाव डाला। और मिस्टर सनी मैं आपको बताता चलूँ कि इस इलाके में जब काफ़ी अरसे से जनरल बोक्सी और उसके सिपाही यहाँ रहे उन्होंने मकामी लोगों के साथ जो है वो कारोबार किया और उसके बाद जब उनका एतमाद बहाल हुआ उन्हें यहाँ के मुसलमान जो है वो अच्छे लगे उन्होंने इस्लाम कबूल कर लिया। जी इस वक्त हम मेन सड़क पे मौजूद हैं जो किसी दौर में जो है वो यहाँ से जनरल बोक्सी के सिपाही इस्तेमाल करते थे और अगर आप जूम करके मेरा कैमरामैन दिखा सके तो पीछे कुछ आबादी के आसार नजर आते हैं। दरअसल ये वो आबादी थी जहाँ जनरल बोक्सी और उसके जो है सिपाही रहायश पजीर रहे और फिर यहीं पे उन्होंने शादियां कर ली, यहीं पे उनका कारोबार हो गया और करते 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 जमाने के जो मामलात थे उनके साथ वो टकराते रहे, जिंदगी गुजरी और इस तरह जनरल बोक्सी और उसके तमाम सिपाही जो है वो पहुँचते रहे और बाद में ये बस्ती एक मेन बस्ती की शक्ल इख्तियार की। लेकिन वक्त के बेरहम पंजों ने इस बस्ती को उखाड़ फेंका और एकदम यहाँ से जिंदगी के आसार खत्म हो गए। आज इस बस्ती की बाकियात जो है यहाँ पे मौजूद है लेकिन जिंदगी का या किसी तहजीब का यहाँ आसार नहीं मिलते क्योंकि ये उस तरह की तहजीब नहीं थी जिस तरह के वादी सिंध की तहजीब थी या सवान तहजीब थी या फिर हड़प्पा के जो या मौजूदड़ू के जो है वो आसार कदीमा थे। ये उस तरह की बस्ती नहीं थी, ये आम बस्ती थी। ख्याल जाहिर किया जाता है, ख्याल ये है माहरीन कहते हैं कि यहाँ से वो माइग्रेट होके खानेवाल से आगे तुलुम्बा की तरफ या फिर मुल्तान की तरफ जो है कादरपुर रहा जो है उस इलाके की तरफ ये हिजरत कर गए क्योंकि वो आबादियाँ जो थी वो शहरी इलाकों से कुछ ज्यादा ही करीब थी। ये था नाज़रीन आज का प्रोग्राम, झूठ के साथ किसी और स्टोरी के साथ दोबारा आपकी खिदमत में हाजिर होंगे। जब तक दीजिए अपने होस्ट ज़ाहिर शाह को इजाज़त, अल्लाह ने के बांध।